ਭਾਈਓ ਭੈਣੋ ਮੀਆਂ ਸਾਹਿਬ ਇੱਕ ਦੋ ਹੀ ਆਈਆਂ ਸੀ ਪਰ ਮੰਗਣ ਵਾਲੀਆਂ ਸੀ ਕੋਈ ਨਹੀਂ ਤੁਸੀਂ ਬਹੁਤ ਹੋ ਥੈਂਕ ਯੂ ਮੈਂ ਦੇਖ ਰਿਹਾ ਵਾਂ ਉਹ ਤੁਹਾਡੇ ਪਿੱਛੇ ਆ ਓਏ ਮੈਂ ਤੁਹਾਨੂੰ ਵੇਖ ਰਿਹਾ ਵਾਂ ਦੇਖ ਲਿਆ ਜੇ ਤੇ ਫਿਰ ਅਸੀਂ ਜਾਈਏ ਤੁਹਾਡੇ ਚਿਹਰੇ ਤੇ ਕੋਈ ਖੁਸ਼ੀ ਜੀ ਨਹੀਂ ਹੈਗੀ ਉਹ ਤੇ ਮੀਆਂ ਸਾਹਿਬ ਤੁਹਾਡੇ ਵੀ ਨਹੀਂ ਹੈਗੀ ਓਏ ਮੈਂ ਤੇ ਇਲੈਕਸ਼ਨ ਲੜਿਆ ਤੁਸੀਂ ਘਰੋਂ ਬੁੱਢੀ ਨਾਲ ਲੜ ਕੇ ਆਇਓ ਸਾਨੂੰ ਜਿੰਨੀ ਉਮੀਦ ਸੀ ਉਨੀਆਂ ਸੀਟਾਂ ਨਹੀਂ ਮਿਲੀਆਂ ਓਏ ਸ਼ੁਕਰ ਅਦਾ ਕਰੋ ਇੰਨੀਆਂ ਵੀ ਮਿਲ ਗਈਆਂ ਨੇ ਅੱਛਾ ਜੀ ਮੀਆਂ ਸਾਹਿਬ ਹਾਲਾਤ ਇਹ ਸੀ ਹੁਣ ਅਗਲੀ ਗੱਲ ਦੱਸਣ ਵਾਲੀ ਇਹ ਆ ਨਾ ਅਸੀਂ ਹਕੂਮਤ ਬਣਾ ਸਕਦੇ ਹਾਂ ਨਾ ਦੂਜੀਆਂ ਜਮਾਤਾਂ ਕੀ ਬਣੇਗਾ ਹੁਣ ਬਣੇਗਾ ਮਤੰਜਨ ਮੇਰਾ ਮਤਲਬ ਲੱਤਾਂ ਕਿਸੇ ਦੀਆਂ ਢਿੱਡ ਕਿਸੇ ਦਾ ਸਿਰ ਕਿਸੇ ਦਾ ਹੋਏਗਾ ਬਾਂਹ ਅਸੀਂ ਪਾਵਾਂਗੇ ਮੀਆਂ ਸਾਹਿਬ ਇੱਦਾਂ ਤੇ ਫਿਰ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨਣੀਆਂ ਪੈਣੀਆਂ ਨੇ ਉਹ ਸ਼ਰਤਾਂ ਜ਼ਰੂਰੀ ਨਹੀਂ ਹਕੂਮਤ ਜ਼ਰੂਰੀ ਆ ਮੈਨੂੰ ਤਾਂ ਵੱਟ ਹੀ ਬਹੁਤ ਚੜਿਆ ਗਰੀਬਾਂ ਦੀ ਮਦਦ ਕਰਨੀ ਜੇ ਪਾਕਿਸਤਾਨ ਨੂੰ ਮੁਸ਼ਕਲ 'ਚ ਕੱਢਣਾ ਤਾਂ ਇਹ ਕਰਨਾ ਪੈਣਾ ਅਸੀਂ ਇਕੱਲੇ ਹੀ ਹਕੂਮਤ ਕਰਨੀ ਹੈ ਜਾ ਤੂੰ ਇਕੱਲਾ ਜਾ ਕੇ ਕਰ ਲੈ ਜਾ ਮੀਆਂ ਸਾਹਿਬ ਮੇਰਾ ਮਤਲਬ ਹੈ ਮਿਆਨ 'ਚ ਇੱਕ ਤਲਵਾਰ ਰਹਿ ਸਕਦੀ ਹੈ ਦੂਜੀ ਨਹੀਂ ਉਹ ਯਾਰ ਤੂੰ ਜਾ ਤੇਰੇ ਘਰੋਂ ਫੋਨ ਆ ਰਿਹਾ ਤੂੰ ਜਾ ਗੱਲ ਇਹ ਆ ਕਿ ਅਸੀਂ ਮਿਲ ਕੇ ਮਿਹਨਤ ਕਰਾਂਗੇ ਇਕੱਲੇ ਹੀ ਬਹੁਤ ਹੋ ਇਹਨੂੰ ਵੀ ਨਾਲ ਲੈ ਕੇ ਜਾ ਤੇਰੇ ਅੱਬੇ ਨੇ ਕਿਹਾ ਸੀ ਕਿ ਨਿੱਕੇ ਭਰਾ ਨੂੰ ਲੈ ਕੇ ਆਵੇ ਇਹ ਇਹੋ ਜਿਹੇ ਲੋਕ ਹੁੰਦੇ ਆ ਜਿਹੜੇ ਅੰਬਾਂ ਪਿੱਛੇ ਭੂੰਡਾਂ ਵਾਲੇ ਦਰਖਤ ਚੜਾ ਦਿੰਦੇ ਆ ਮੈਂ ਕੋਈ ਖਾਨ ਨਹੀਂ ਹੈਗਾ ਜਿਹਨੂੰ ਆਵਾਮ ਟੱਚ ਦਾ ਕਵੇ ਉਹ ਟੱਚ ਦਿੰਦਾ ਮੈਂ ਤੇ ਉਲਟਾ ਆਵਾਮ ਨੂੰ ਟੁੱਚ ਲਾ ਦਿੰਦਾ ਉਹਨਾਂ